ਆਪਣੇ ਮਾਨਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਏਦਾਂ ਦਾ ਕਾਨੂੰਨ ਬਣਾਓ ਕਿ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਨਕਲੀ ਦਵਾਈ, ਨਕਲੀ ਖਾਦ, ਨਕਲੀ ਕੋਈ ਦੂਜਾ ਫੂਡ, ਨਕਲੀ ਬੀਜ, ਜਿਸ ਤੋਂ ਡੁਪਲੀਕੇਟ ਦਵਾਈ ਫੜੀ ਗਈ ਸੀ, ਜਿਹਨੇ ਬਿਨਾਂ ਬਿੱਲ ਤੋਂ ਵੇਚਤੀ, ਚੱਕ ਲੋ ਮੁੜ ਕੇ ਜੇਲ੍ਹ ਚ ਜੀ, ਅਮਰੀਕਾ ਜਿੱਦਾਂ ਆ, ਕਨੇਡਾ ਜਿੱਦਾਂ। ਮਾਨ ਸਾਹਿਬ ਨੂੰ ਇਹ ਗੱਲ ਕਹੀ ਆ ਤੇ ਸਰ ਇੱਕ ਕਾਨੂੰਨ ਲੈ ਕੇ ਆਓ ਅਸੈਂਬਲੀ ਦੇ ਵਿੱਚ। ਮੈਂ ਕਿਹਾ ਜਿਹੜੇ ਦਵਾਈਆਂ ਵਾਲੇ, ਖਾਦਾਂ ਵਾਲੇ ਫੜੇ ਜਾਂਦੇ ਉਹਨਾਂ ਦੀ ਮੁੜ ਕੇ ਬੇਲ ਨਹੀਂ ਹੋਣੀ ਚਾਹੀਦੀ। ਫੂਡ ਦੇ ਮਾਮਲੇ ਚ ਇੰਨੇ ਸਖ਼ਤ ਨੇ ਨਾ ਉਹ ਕਹਿੰਦੇ ਜੀ ਜਿਹੜੇ ਮਨੁੱਖਤਾ ਦਾ ਘਾਣ ਕਰ ਰਹੇ, ਮਾੜਾ ਫੂਡ ਦੇ ਰਹੇ ਆ, ਇਹਨਾਂ ਦੀ ਕਦੀ ਬੇਲ ਨਹੀਂ ਹੋਣੀ ਚਾਹੀਦੀ। ਜੇ ਬੰਦੇ ਬੈਠੇ ਹੋ, ਆਪਾਂ ਨੂੰ ਪਤਾ ਨੀ ਤੁਸੀਂ ਤੁਸੀਂ ਸਹੀ ਦਵਾਈਆਂ ਬਣਾ ਰਹੇ ਹੋ, ਠੀਕ ਦਵਾਈਆਂ ਬਣਾ ਰਹੇ ਹੋ, ਮੈਂ ਤੁਹਾਡੇ ਤੋਂ ਦੋਸ਼ ਨਹੀਂ ਲਾਉਂਦਾ ਕਿ ਤੁਸੀਂ ਗਲਤ ਦਵਾਈਆਂ ਬਣਾਉਂਦੇ ਹੋ, ਪਰ ਆਪਾਂ ਨੂੰ ਇਹ ਨੀ ਪਤਾ ਵੀ ਕਿੱਥੋਂ ਆ ਰਹੀਆਂ। ਇਕੱਲੀ ਡਿਊਟੀ ਸਰਕਾਰ ਦੀ ਹੈ। ਮੰਨ ਲਓ ਤੁਸੀਂ ਸਭ ਲੋਕ ਸਹੀ ਕੰਮ ਕਰ ਰਹੇ ਹੋ ਤੇ ਜੇ ਡੁਪਲੀਕੇਟ ਦਵਾਈ ਆ ਰਹੀ ਹੈ, ਉਹ ਕਿਹੜਾ ਕਿਹੜਾ ਨੁਕਸਾਨ ਕਰ ਰਹੀ ਹੈ? ਸਾਡਾ ਤਾਂ ਕਾਹਦੀ ਨਹੀਂ, ਕਿਸਾਨ ਦਾ ਤਾਂ ਕਾਹਦੀ ਨਹੀਂ, ਪਰ ਤੁਹਾਡੇ ਬਿਜ਼ਨਸ ਨੂੰ ਕਿੰਨਾ ਢਾਹ ਲਾ ਰਹੇ, ਤੁਹਾਡਾ ਬਿਜ਼ਨਸ ਵੀ ਉਹਨਾਂ ਨੇ ਕਿੰਨਾ ਬਰਬਾਦ ਕਰਤਾ, ਕਦੀ ਸੋਚਿਆ ਜੇ? ਪਰ ਆਪਾਂ ਉੱਠਦੇ ਨੀ, ਦੱਸਦੇ ਨੀ, ਇਹ ਕਿੰਨੇ ਦੱਸਣੇ ਸਰ? ਇਹ ਆਪਣੀ ਡਿਊਟੀ ਆ ਸਰ, ਜਿਹੜਾ ਬਿਜ਼ਨਸ ਤੁਹਾਡਾ। ਜੇ ਤੁਸੀਂ, ਮੈਂ ਤਾਂ ਤੁਹਾਨੂੰ ਇਸੇ ਕਰਕੇ ਅੱਜ ਕਿਹਾ ਕਿ ਤੁਸੀਂ ਸਭ ਲੋਕ ਬਹੁਤ ਵਧੀਆ ਕੰਮ ਕਰ ਰਹੇ ਜੀ, ਮੈਂ ਵੀ ਦੋਸ਼ ਲਾਉਂਦਾ, ਬਟ ਮੈਂ ਤਾਂ ਤੁਹਾਨੂੰ ਇਸ ਕਰਕੇ ਸੱਦਿਆ ਕਿ ਮੇਰੇ ਪਿਆਰੇ ਭਰਾਓ, ਪੰਜਾਬ ਦੀ ਬਹੁਤ ਮਾੜੀ ਹਾਲਤ ਹੈ। ਸਾਡੇ ਕੋਲ ਕੋਈ ਰਸਤਾ ਨਹੀਂ ਕਿ ਅਸੀਂ ਸਖ਼ਤ ਕਾਨੂੰਨੀ ਕਾਰਵਾਈ ਕਰੀਏ। ਔਰ ਮੈਂ ਤਾਂ ਮਾਨ ਸਾਹਿਬ ਨੂੰ ਇਹ ਗੱਲ ਕਹੀ ਆ ਕਿ ਸਰ ਇੱਕ ਕਾਨੂੰਨ ਲੈ ਕੇ ਆਓ ਅਸੈਂਬਲੀ ਦੇ ਵਿੱਚ। ਮੈਂ ਕਿਹਾ ਜਿਹੜੇ ਦਵਾਈਆਂ ਵਾਲੇ, ਖਾਦਾਂ ਵਾਲੇ ਫੜੇ ਜਾਂਦੇ ਉਹਨਾਂ ਦੀ ਮੁੜ ਕੇ ਬੇਲ ਨਹੀਂ ਹੋਣੀ ਚਾਹੀਦੀ। ਜਿਸ ਤੋਂ ਡੁਪਲੀਕੇਟ ਦਵਾਈ ਫੜੀ ਗਈ ਸੀ, ਜਿਹਨੇ ਬਿਨਾਂ ਬਿੱਲ ਤੋਂ ਵੇਚਤੀ, ਚੱਕ ਲੋ ਮੁੜ ਕੇ ਜੇਲ੍ਹ ਚ ਜੀ, ਅਮਰੀਕਾ ਜਿੱਦਾਂ ਆ, ਕਨੇਡਾ ਜਿੱਦਾਂ, ਏਦਾਂ ਹੀ ਜੀ ਦੇਖ ਤੁਸੀਂ, ਉੱਥੇ ਉੱਥੇ ਨੀ ਹੁੰਦਾ ਮੁੜ ਕੇ। ਫੂਡ ਦੇ ਮਾਮਲੇ ਚ ਇੰਨੇ ਸਖ਼ਤ ਨੇ ਨਾ ਉਹ ਕਹਿੰਦੇ ਜੀ ਜਿਹੜੇ ਮਨੁੱਖਤਾ ਦਾ ਘਾਣ ਕਰ ਰਹੇ, ਮਾੜਾ ਫੂਡ ਦੇ ਰਹੇ ਆ, ਇਹਨਾਂ ਦੀ ਕਦੀ ਬੇਲ ਨਹੀਂ ਹੋਣੀ ਚਾਹੀਦੀ, ਜੇਲ੍ਹਾਂ ਚ ਬੈਠੇ ਰੁਲ ਜਾਂਦੇ। ਔਰ ਮੈਂ ਤਾਂ ਮਾਨ ਸਾਹਿਬ ਨੂੰ ਇਹ ਬੇਨਤੀ ਕੀਤੀ ਅੱਜ ਤੁਹਾਡੇ ਸਾਹਮਣੇ ਵੀ, ਤੁਹਾਡੇ ਥਰੂ ਵੀ ਬੇਨਤੀ ਕਰਦਾ, ਆਪਣੇ ਮਾਨਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਏਦਾਂ ਦਾ ਕਾਨੂੰਨ ਬਣਾਓ ਕਿ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਨਕਲੀ ਦਵਾਈ, ਨਕਲੀ ਖਾਦ, ਨਕਲੀ ਕੋਈ ਦੂਜਾ ਫੂਡ, ਨਕਲੀ ਬੀਜ ਕੋਈ ਬੰਦਾ ਨਾ ਵੇਚ ਸਕੇ ਸਰ। ਅੱਜ ਤੁਹਾਨੂੰ ਬੇਨਤੀ ਕਰਨੀ ਹੈ, ਤੁਹਾਡਾ ਪੰਜਾਬ ਹੈ ਸਰ, ਕਿਸੇ ਦਾ ਪੰਜਾਬ ਨਹੀਂ ਹੈ। ਭੁੱਲ ਜਾਓ ਕਿਤੇ ਬੱਚੇ ਤੋਂ ਬਾਅਦ ਚੜ ਗਏ ਸਰ, ਆਪਾਂ ਨੂੰ ਦਵਾਈਆਂ ਵਿੱਚ ਇਹਦਾ ਕੀ ਫਾਇਦਾ ਹੋਇਆ ਦੱਸੋ ਤੁਸੀਂ ਪਹਿਲਾਂ।